ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਵਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵੀ ਜੀ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਕਾਸਤੀਵਾਲ ਡਿਸਟ੍ਰਿਕਟ ਗੁਰਦਾਸਪੁਰ ਪਹਿਲੇ ਤਹਿਸੀਲ ਬਟਾਲਾ। ਦੇਖੋ ਅੱਜ ਬਾਈ ਕੋਲ 3 ਗਾਵਾਂ ਸੇਲ ਹੈ ਜੀ ਅਤੇ ਆਓ ਵੀਰ ਨਾਲ ਗੱਲਬਾਤ ਕਰੀਏ ਆਪਾਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਜੀ? ਸਭ ਠੀਕ ਹੈ, ਹੋਰ ਸੁਣਾ ਤੁਸੀਂ ਜੀ? ਬਾਈ ਕਿਰਪਾ ਮਾਗਦੇ। ਕਿਵੇਂ ਚੱਲਿਆ ਕੰਮ? ਕੰਮ ਕਿਰਪਾ ਮਾਗਦੇ, ਵਧੀਆ ਚੱਲੀ ਜਾਂਦੇ। ਦੇਖਿਆ ਮਾਲ ਪਿਛਲਾ? ਪਿਛਲਾ ਮਾਲ ਵੇਖ ਗਿਆ, ਕਹਿੰਦਾ ਵੀਡੀਓ ਲੇਟ ਹੋ ਗਈ ਥੋੜੀ। ਚਲੋ ਕੋਈ ਗੱਲ ਨਹੀਂ, ਐਂ ਉਹ ਵੇਖ ਰਿਹਾ ਵਧੀਆ ਚੱਲ ਰਿਹਾ ਕੰਮ ਜੀ। ਉਹਦੇ ਵਿੱਚ ਇਲੈਕਸ਼ਨ ਦਾ ਕੰਮ ਚੱਲਣ ਡਿਆ ਨਾ, ਮੇਨ ਤਾਂ ਬਸ ਆਹੀ ਕੰਮ ਆ ਜੀ। ਹਾਂਜੀ ਹਾਂਜੀ, ਚਲੋ ਉਹਦੇ ਕੰਮ ਚੱਲਣ ਲੇਟ। ਅੱਜ 3 ਗਾਵਾਂ ਦੇ 2 ਜਰਸੀਆਂ ਨੇ। ਹਾਂਜੀ, ਇੱਕ ਤਾਜੀ ਸੂਈ ਅੱਜ ਸਵੇਰ ਮਿਲੇ 5ਵੇਂ ਸੂਈ। ਇਹ ਗੱਭੜਾ ਦੋਵੇਂ? ਇਹ ਆਹ ਜਿਹੜੀ ਗਾਂ ਟੋਕੜੇ ਆ। ਅੱਛਾ, ਇਹਨੂੰ ਮਹੀਨਾ ਹੋ ਗਿਆ ਬਣੀ ਨੂੰ, ਕਿਹਦੀ ਨਿਕਲਾ ਤੇ ਕਿਹਦੀ ਕਿਸਮਤ। ਠੀਕ ਆ, 7 ਕਿਲੋ ਦੁੱਧ ਹੈ ਇਹਦੇ ਕੋਲ। ਖੋਲੋ ਲਓ ਜੀ, 7 ਕਿਲੋ ਦੁੱਧ ਆ ਜੀ, ਜਰਸੀ ਆ ਤੇ ਗਾਂ ਕਿਸੇ ਕਿਸਮਤ ਆ, ਹਨਾ ਜੀ? ਹਾਂਜੀ ਹਾਂਜੀ, 1 ਮਹੀਨਾ ਹੋਇਆ ਬਣੀ ਨੂੰ। ਵਾਹ, ਠੀਕ ਆ। ਬਿਲਕੁਲ ਜੀ ਬਿਲਕੁਲ। ਚੁਆਈ ਚੋ ਵਧੀਆ ਆ ਜਾ, ਹਾਂਜੀ ਭਾਅ ਜੀ ਫਿਰ ਛੋੜ ਹੀ ਕਰੀਏ ਬਸ। ਹਾਂਜੀ ਬਾਈ ਜੀ, ਦੇ ਦਈਏ ਬਸ, ਛੋੜ ਹੀ ਕਰ ਦਿਓ, ਛੋੜ ਹੀ ਕਰ ਦਈਏ। ਬਿਲਕੁਲ ਡੇਢ ਮਹੀਨਾ ਕੋਈ ਸੰਭਾਲ ਲੇ, 50,000 ਦੀ ਵਸੀ ਮੈਨੂੰ ਵਾਪਸ ਦੇ ਦਿੱਤੀ। ਚਲੋ ਠੀਕ ਆ, 8.5 ਮਹੀਨੇ ਗੱਬਣਾ। ਬਾਜੀ ਦੁੱਧ ਕਿੰਨੀ ਗਰੰਟੀ ਦੀ? ਦੁੱਧ ਨੇ 17 ਲੀਟਰ ਚ ਆਇਆ ਜੀ ਉਹਨਾਂ ਦੇ ਘਰੇ, 17 ਕਿਲੋ ਆਪਣੇ ਪਿੰਡੋਂ ਮੈਂ ਸੱਜਣ ਕੋਲ ਲਈ ਵਿੱਚ। ਠੀਕ ਆ, ਜੋੜਾ ਹੀ ਲਓ ਜੀ, ਇਹ ਵੀ ਜਰਸੀ ਬੈੜ ਆ। ਅੱਛਾ, ਜੋੜਾ ਇੱਕੋ ਘਰੋਂ ਲਿਆ? ਇੱਕੋ ਘਰੋਂ ਲਿਆ ਜੀ। ਠੀਕ ਆ, ਪੂਰੀ ਪਲੀ ਪੂਰੀ ਕਰ। ਹਾਂ ਨਹੀਂ, ਬਿਲਕੁਲ ਬਲੀ ਆ। ਭਾਜੀ ਫਿਰ ਇਹਦੀ ਕੀਮਤ? ਇਹਦੀ ਕੀਮਤ ਜਦ ਭਾਜੀ ਤਿਆਰ ਹੁੰਦੀ, ਹਾਂਜੀ, ਤਾਂ ਫਿਰ ਤਾਂ ਜਿੱਦਾਂ ਮਰਜ਼ੀ ਵਿੱਚ ਵੇਚਦੀ, ਹੈ ਕਿ ਨਹੀਂ? ਨਹੀਂ ਠੀਕ ਹੈ ਜੀ, ਬੈਠ ਹਾਂ ਫਿਰ ਬਹੁਤ ਵਧੀਆ ਨਾ ਜੀ। ਕਰ ਜੋ ਵੀ ਕਰੋ ਜੀ, ਠੀਕ ਆ। ਤੇ ਭਾਅ ਜੀ ਫਿਰ ਇਹਦੀ ਕੀਮਤ? ਇਹਦੀ ਕੀਮਤ ਭਾਅ ਜੀ ਬੋਲ ਤਾਂ ਕਾਂਡੇ 55,000 ਰੁਪਈਆ। ਹਾਂਜੀ, ਜਿਹੜੀ ਹਾਂ ਨਾ 48,000 ਦੀ ਵਿੱਚ। 48,000? 48,000, ਚਲੋ ਠੀਕ ਆ। ਵੱਡੀ ਵਸੀ ਜੇ ਵੀ ਮਾਰਕੀਟ ਵਿੱਚ। ਚਲੋ ਠੀਕ ਆ, ਦੇਖੋ ਜੀ ਆਪਾਂ ਜੋ ਸੇਲ ਆ, ਬਾਕੀ ਇੱਥੇ ਆਓ ਮੇਰੇ ਵਿੱਚ ਚੁਆਈ ਕਰੋ, ਚੈੱਕ ਕਰੋ ਨਾ ਵੀਰ ਜੀ। ਦੋ ਡੰਗ ਚੋ ਭਾਈ? ਬਿਲਕੁਲ ਜੀ, ਦੋ ਡੰਗ ਚੁਆਈ ਕਰੋ। ਚਲੋ ਨੰਬਰ ਜੀ 85,286, ਹਾਂਜੀ, 13,545। ਠੀਕ ਆ, 85,286, 13,545, ਪਿੰਡ ਕਾਸਤੀਵਾਲ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਸਤਿ ਸ਼੍ਰੀ ਅਕਾਲ, ਅਲੀ ਵਾਲਕਮ ਦਾ।